ਮਿਹਰਬਾਨੀ ਕਰਕੇ ਜ਼ਰੂਰ ਐਸਾ ਨਮਾਜ਼ ਪਿਛੇ ਪੜ੍ਹੋ ਅਤੇ ਜਿਹੜੀ ਰਾਤ ਵਾਲੀ ਗੱਲ ਹੋਈ ਸੀ ਉਸਕੀ ਵੀ ਪਿਛੇ ਰੱਖੋ ਤੁਹਾਨੂੰ ਨਮਾਜ਼ ਵਾਲਾ ਕੰਮ ਕਰੋ ਅਤੇ ਜੁਮਾ ਤੋਂ ਇਹ ਸਾਰੇ ਸੌਦੇ ਤੁਸੀਂ ਅਗਰ ਪੁੱਛੋ ਦੋ ਸ਼ੇਰ ਅਗਰ ਕੋਈ ਆਦਮੀ ਦੱਸਿਆ ਪਾਣੀ ਤੁਹਾਡੇ ਸ਼ੇਰ ਰਾਤ ਨੇ ਬੋਲੀ ਤਾਂ ਮੈਂ ਉਸਨੂੰ ਸਲਾਹ ਦੇਣਾ ਫਨਕਾਰ ਸਹੀ ਮਾੜੀ ਪਾਰਟੀ ਦੇ ਬੰਦੇ ਮਾਣਾ ਕਰਨਾ ਕਿਤਨੇ ਪਾਰਟੀ ਇਹਨੇ ਮਾਣਾ ਕਰਨਾ ਕਿਤੇ ਡਾਇਰੈਕਟ ਮਾੜੀ ਤੁਸੀਂ ਗੱਲ ਹੋ ਗਈ ਮੇਰੇ ਕੋਲ ਪੁੱਛਿਆ ਸਾਰੇ ਬੰਦੇ ਗੱਲਾਂ ਕਰਨ ਬੂਟ ਲਾਉਂਦੇ ਸਾਡੀ ਗੱਲ ਮੰਨਦੇ ਹਾਂ ਇਹਦਾ ਜਿਹੜਾ ਨਾਂ ਸਾਥ ਬਣਨੇ ਆ ਸਾਰਾ ਕੋਈ ਦੁਸ਼ਮਣੀ ਨੀ ਇੱਕ ਮੈਂ ਗੱਲ ਕਰਨਾ ਆ ਇਹ ਜਾਵੇ ਨੀ ਗੱਲ ਮੈਂ ਤੁਸੀਂ ਸੁਣਾਉਣਾ ਆ ਮੈਂ ਕਹੀ ਇਹ ਗੱਲ ਕਰਨਾ ਚਾਹਿਆ ਗਵਾਹ ਜਿਥਾ ਬੈਠੇ ਸੀ ਮੈਂ ਬਾਹਰ ਗਵਾਹ ਨੇ ਹੱਥ ਮਿਲਾਇਆ ਪੰਜਾ ਸੱਚਿਆ ਇੱਕ ਟੇਬਲ ਤਾਂ ਰੋਟੀ ਖਾ ਲਈ ਕਾਰਾ ਨੇ ਇਹ ਗੱਲ ਆਖੀ ਅਬ ਤੂੰ ਸਾਡਾ ਅਜ਼ੀਜ਼ ਏ ਤੇਰੇ ਸਾਥ ਤੁਸਾਂ ਨਾਲ ਵੀ ਸਾਰੀ ਸੋਸਾਇਟੀ ਆਈ ਕਹਿੰਦੇ ਤਾਂ ਇੱਕ ਬੰਦਾ ਮੈਂ ਬੁਲਾਣਿਆ ਲਾਇਆ ਕਿਸਾਂ ਦੀ ਤਰਫੋਂ ਕੋਈ ਪੈਰ ਨਹੀਂ ਹੋਣੀ ਚਾਹੀਦੀ ਮੇਰੇ ਸਾਹਮਣੇ ਗੱਲਾਂ ਹੋਈਆਂ ਇਹਨਾਂ ਨੇ ਸਾਹਮਣੇ ਗੱਲਾਂ ਹੋਈਆਂ ਜੋ ਕੁਝ ਹੋਈਆਂ ਉਹਨਾਂ ਕੀ ਯਾਦ ਹੀ ਨਿਕਲੀ ਆ ਗਈ ਮੈਂ ਆਖਾਂ ਜਨਾਬ ਅਗਰ ਮੇਰੀ ਤਰਫੋਂ ਕੋਈ ਜਾਤੀ ਹੋਈ ਬੰਨੇ ਪਿੜਾ ਚੁਬਾਰ ਦਿੰਦੇ ਅਗਰ ਮੇਰੀ ਤਰਫੋਂ ਪੈਰ ਹੋਇਆ ਤਾਂ ਅਗਰ ਇਹਨਾਂ ਨੇ ਕਾਫੀ ਸ਼ਬਦ ਰਵੀ ਮੈਂ ਪੁੱਛ ਸਕਣਾ ਭਈ ਕਾਫੀ ਆ ਤੁਸੀਂ ਬਾਅਦ ਵਿੱਚ ਵੀ ਪੁੱਛ ਸਕਦੇ ਹੋ ਅਗਰ ਉਹ ਮਸਲਾ ਆਦਾ ਬਾਅਦ ਵਿੱਚ ਪੁੱਛ ਸਕਦੇ ਹੋ ਇਮਾਨਦਾਰੀ ਨਾਲ ਔਰ ਮੈਂ ਮੁਸਲਮਾਨ ਮੈਂ ਦੱਸਣਾ ਮੈਂ ਇਸ ਲਾ ਹੌਸਲਾ ਜਾਣਨਾ ਹੀ ਮਤਲਬ ਕਿਸੇ ਦੀ ਲਹਿਣ ਨਾ ਲਾਉਣਾ ਤੇ ਮੈਂ ਮੁਸਲਮਾਨ ਹੀ ਨਾ ਵਿਅਕਤੀ ਇਹ ਹੈ ਕਿ ਜਿਸ ਵੇਲੇ ਕੋਈ ਆਦਮੀ ਗੱਲ ਪਾਇਆ ਤੁਸੀਂ ਗੱਲ ਕੀਤਾ ਗੱਲ ਨਾ ਕਿਸੇ ਅੱਖ ਲੱਖ ਮਾਰਿਆ ਜੋ 8 ਲੱਖ ਜਵਾਬ ਦਿਓ ਸਭ ਤੋਂ ਬੜੀ ਗੱਲ ਇਹ ਹੈ ਕੋਈ ਆਦਮੀ ਗੱਲ ਕਰੇ ਜੀ ਜੀ ਗੱਲ ਨਾਲ ਜਵਾਬ ਦਿਓ ਅਗਰ ਆਖੋ ਨਹੀਂ ਭਰਾ ਤੁਹਾਡਾ ਮਾੜਾ ਨਵਾ ਨਹੀਂ ਐਂਡਾ ਕਿਉਂਕਿ ਅਸਾਂ ਕੋਈ ਲੜਾਈ ਨਹੀਂ ਕਰਨੀ ਅਸਾਂ ਸ਼ੋਅ ਕਰਨੇ ਆ ਪ੍ਰੋਗਰਾਮ ਹੈ ਮੈਂ ਸੋਚਿਆ ਤਾਂ ਇਹ ਗੱਲ ਆਖੀ ਇੱਥੇ ਜਿਹੜੇ ਤੁਸੀਂ ਦੋ ਦਫ਼ਾ ਗੱਲਾਂ ਕੀਤੀਆਂ ਨਾ ਇੱਥੇ ਦੋ ਦਫ਼ਾ ਗੱਲਾਂ ਕੀਤੀਆਂ ਕਾਰੋਬਾਰ ਵਿੱਚ
ਤੁਸੀਂ ਕੀ ਸਾਖਿਆ ਤੁਸੀਂ ਕਰ ਰਹੇ ਹੋ ਸਵਾਲ ਇਹ ਹੈ ਕਿ ਜਿਹੜਾ ਵੀ ਆਦਮੀ ਆ ਆਪਣੇ ਆਪ ਦੀ ਸਵਾ ਸੇਵੀ ਕਰਨਾ ਅਸਾਂ ਇਹਦਾ ਆਪਣੇ ਜੀ ਸਾਡੀ ਅੱਲਾਹ ਦੀ ਬੜੀ ਰਹਿਮਤ ਬਹੁਤ ਬੜੀ ਰਹਿਮਤ ਹੈ ਔਰ ਉਸਨੇ ਜਿਵੇਂ ਨਹੀਂ ਆਏ ਤਾਂ ਅੱਲਾਹ ਦੀ ਬੜੀ ਨਹੀਂ ਹੈ ਇਹ ਗੱਲ ਸਵਾਲ ਸਾਂ ਲੇਕਿਨ ਤੁਸੀਂ ਥੋੜ੍ਹੀ ਜਿਹੀ ਜਲਦਬਾਜ਼ੀ ਕਰਨੀ ਬਸ ਔਰ ਇਸ ਤੋਂ ਆਪਣੀ ਗੱਲ ਮੈਂ ਜਵਾਬ ਇਸ ਵਾਸਤੇ ਜਲਦਬਾਜ਼ੀ ਕਰਨਾ ਕਿ ਮੇਰਾ ਆਪਣੇ ਘਰ ਪਰ ਕੰਟਰੋਲ ਹੈ میرے ساتھ زندے رہے میرا انہوں پر کنٹرول ہے واج منہ کڈن ہاں جی ایسا کر دے جو نہیں کر رہا نہیں کر رہا اچھا بھی نہیں کر رہا او جی شاہ رہے یہاں سب سب بولے ہو اچھا شاہ رہے یہ او کھلا جی رہے شاہ رہے کتھے بلاو سا کہہ جی آپ نے بھی تو کی نے مارنا او کیا ہو جی اچھا پر کنٹرول نہ ہے اور کیا کر سکنا بندہ جیسا زندے پر کنٹرول نہیں گانے نہیں کر رہا ایندہ ہو سی نا ایندہ ہو سی پچھلے چھوڑو بس ٹھیک ہے گیا ہاں نہ کرو تے پہلا ہوتی بلایا ہے اس نے بولسا اے بات رہی ہے ہاں سنو تو سارے سامنے گل ہے کہ بکری دے سر پیپر پروگرام کیتا پیپر پروگرام کیتا بھی ہے بشا جی سمجھوتا شاہ جی میں دیکھ رہا ہوں سو غور کرو شاہ جی شاہ جی نہ پروگرام کر رہے جی اساں بندہ شاہ جی انہیں یا کھو تسا اپنی گل سنو تو پھر اگلے باو پھر اگے پنیالی کا پروگرام ہویا جی میرے کول بندے پہلو آئے کتھے نے بچال نے راجی مشتاق نے بندے آئے اور انہوں کو پوچھ سکتے ہو جی میں آخیا جی چودھری صاحب نے تھوڑا تھا پروگرام میں آخیا جی چونکہ راجی مشتاق نہ چودھری صاحب نے کلک ہے اتنا چودھری صاحب نے جانا مناسب آپ میں نہ جانا اتنا سیالے نے بندے آئے میں انہوں نے پروگرام چاہیے کیا اور دوا بندہ چاہے ماڑا چنگا ماڑے تو چنگا تھا میں وہ بندہ شیرا منگار رکھی کے گیا پتا ہی لگا کہ چودھری صاحب بچے آنے جا سک انہیں واپس کر دیتا کہ میں نہ اس کا پروگرام تھا مڑ کے بچا لے گئے اتنا ہوئی جی ماتم تو واپس پنیالی آئے انہوں نے رکا کیا گیا ساڑھے دن دوبارہ ہی کیا جی انہوں نے جی تسی پروگرام ریجیکٹ نہیں ہو کر سکنے ساڑا سو تسا بچے والے گئے ہو ایک منٹ جی میں اچھا یا نہ اچھا بچے والے گئے ہو جڑے پنیالی والے گئے انہوں نے ہمارے روپ روپ کھلائی پوچھے جی انہوں نے کہا جی اگر راجا آ کر تو ہمارا ٹائم ملا ہمارا مطلب اپ بچے والے گئے ہو کیا واسطہ جی تسی میں تسی آکھیا میں تسی آکھیا پروگرام کر رہے بندے پروگرام کر رہے دس رہے ہیں میں اچھا یا نہ اچھا میں نے کہا جی ہمارا پروگرام انہوں نے نہیں ہونا ہے جی پروگرام نہ کر اس نے پروگرام ہوا میں آپ کی گلا سیکھا
بالکل مطلب سارے جس طرح پہ بڑا پڑھا لکھا ہے۔